ਸਾਥੀਓ, ਆ ਜਿਹੜੀ ਜਗ੍ਹਾ ਉੱਤੇ ਅਸੀਂ ਸਾਰੇ ਖੜ੍ਹੇ ਹਾਂ, ਇਹ ਪੁਤਲੀ ਘਰ ਦਾ ਇਲਾਕਾ ਹੈ। ਬਹੁਤ ਮਸ਼ਹੂਰ ਜਿਹੜਾ ਸ਼ਹਿਰ ਦਾ ਏਰੀਆ ਨੂੰ 22 ਨੰਬਰ ਫਾਟਕ ਕਿਹਾ ਜਾਂਦਾ। ਇੱਥੋਂ ਪੁਲ ਦੇ ਪਰਲੇ ਪਾਸੇ ਜਾਓ ਤਾਂ ਖਾਲਸਾ ਕਾਲਜ ਹੈ, ਇੱਧਰ ਪੁਤਲੀ ਘਰ ਦਾ ਏਰੀਆ ਸਾਰਾ ਇਸਲਾਮਾਬਾਦ ਦਾ ਏਰੀਆ। ਔਰ ਇਹ ਪੁਲ ਦੀ ਮੈਂ ਤੁਹਾਨੂੰ ਦੱਸਣ ਲੱਗਾ ਕਿ ਕਿੱਥੋਂ ਇਹ ਸ਼ੁਰੂਆਤ ਹੋਈ ਇਹਦੇ ਬਣਨ ਦੀ, ਔਰ ਕਿੱਥੇ ਆ ਕੇ ਰੁਕ ਗਿਆ। 2017 ਦੇ ਵਿੱਚ ਸਰ ਨਵਜੋਤ ਸਿੰਘ ਸਿੱਧੂ ਮੰਤਰੀ ਸੀਗੇ, ਕਾਂਗਰਸ ਦੇ ਮੰਤਰੀ ਬਣੇ, ਔਰ 3-4 ਪੁਲਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ ਸ਼ਹਿਰ ਦੇ ਵਿੱਚ, ਜਿਹਦੇ ਵਿੱਚ ਇੱਕ ਇਹ ਵੀ ਪੁਲ ਸੀਗਾ। ਥੱਲੇ ਬਹੁਤ ਜ਼ਿਆਦਾ ਰਸ਼ ਅਤੇ ਬਹੁਤ ਜ਼ਿਆਦਾ ਰਸ਼ੀ ਏਰੀਏ ਨੇ, ਔਰ ਕੋਵਿਡ ਆ ਜਾਂਦਾ ਉਸ ਦੌਰਾਨ। ਕੋਵਿਡ ਦੇ ਵਿੱਚ ਕੰਮ ਜਿਹੜਾ ਸਾਲ ਡੇਢ ਸਾਲ ਸਾਰੀ ਦੁਨੀਆ ਹੀ ਬੰਦ ਹੋ ਗਈ ਸੀ, ਉਹ ਕਿਸੇ ਦੇ ਉੱਤੇ ਵੀ ਗੁੱਸਾ ਗਿਲਾ ਨਹੀਂ ਬਣਦਾ, ਸਾਲ ਡੇਢ ਸਾਲ ਇਹਦਾ ਕੰਮ ਬੰਦ ਰਹਿੰਦਾ। ਉਸ ਤੋਂ ਬਾਅਦ ਇਹਨੂੰ ਬਹੁਤ ਸਪੀਡ ਦੇ ਨਾਲ ਸਾਡੇ DC ਆਉਂਦੇ ਨੇ ਇੱਥੇ, ਹਰਪ੍ਰੀਤ ਸੂਦਨ, ਉਹ ਕੰਮ ਸ਼ੁਰੂ ਕਰਾਉਂਦੇ ਨੇ 2-3 ਪੁਲਾਂ ਦਾ। ਵੱਲਾ ਫਾਟਕ ਜਿਹੜਾ ਉਹ ਸ਼ੁਰੂ ਹੋ ਚੁੱਕਾ, ਜਿਹਦੀ ਨਾਲ ਹੀ ਉਦੋਂ ਰੂਪਰੇਖਾ ਤਿਆਰ ਕੀਤੀ ਗਈ ਸੀ। ਔਰ ਦੱਸਣਾ ਚਾਹੁੰਦਾ ਮੈਂ ਇਹਦੇ ਫਾਇਦੇ ਕੀ ਨੇ, ਔਰ ਇਹ ਅੱਜ ਤੱਕ ਚਾਲੂ ਨਹੀਂ ਹੋਇਆ, ਅਤੇ ਇਹਦੇ ਨੁਕਸਾਨ ਕੀ ਨੇ। 40% ਸ਼ਹਿਰ ਦਾ ਟ੍ਰੈਫਿਕ ਜਿਹੜਾ ਉਹ ਇਹਦੇ ਨਾਲ ਸੁਧਰ ਸਕਦਾ, ਕਿਉਂਕਿ ਬਾਹਰ ਸੜਕਾਂ ਦੇ ਉੱਤੇ ਬਹੁਤ ਜ਼ਿਆਦਾ ਰਸ਼ ਰਹਿੰਦਾ, ਔਰ ਸ਼ਹਿਰ ਦੀ 60% ਪਾਪੂਲੇਸ਼ਨ ਇਹਦੇ ਆਲੇ ਦੁਆਲੇ ਰਹਿੰਦੀ ਹੈ। ਬਹੁਤ ਰਸ਼ੀ ਏਰੀਏ ਨੇ, ਔਰ ਸ਼ਾਮ ਨੂੰ ਟਾਰੀ ਬਾਰਡਰ 'ਤੇ ਜਦੋਂ 20-30 ਹਜ਼ਾਰ ਬੰਦਾ ਜਾਂਦਾ, ਉਹ ਪੁਤਲੀ ਘਰ ਚੌਂਕ ਦੇ ਵਿੱਚ ਜਾਮ ਲੱਗਦਾ ਜਿਹੜਾ ਇੱਥੋਂ ਦੀ ਜਾ ਸਕਦਾ। ਇਹਦੇ ਨਾਲ ਨਾਲ ਇਹਦੇ ਆਲੇ ਦੁਆਲੇ ਪੈਣ ਵਾਲੇ ਕਸਬੇ, ਸ਼ਹਿਰ ਤਰਨ ਤਾਰਨ, ਝਬਾਲ, ਅਟਾਰੀ, ਭਿੱਖੀ ਵਿੰਡ, ਉਹਨਾਂ ਲੋਕਾਂ ਨੂੰ ਵੀ ਜਿਹੜੀ ਅਤੀ ਬਹੁਤ ਜ਼ਿਆਦਾ ਸਹੂਲਤ ਮਿਲ ਸਕਦੀ ਆ। ਕਿਸੇ ਨੇ ਗੁਰਦੁਆਰਾ ਸ਼ਹੀਦਾਂ ਸਾਹਿਬ ਜਾਣਾ, ਕਿਸੇ ਨੇ ਹਰਿਮੰਦਰ ਸਾਹਿਬ ਜਾਣਾ, ਕਿਸੇ ਨੇ ਗੋਲਡਨ ਟੈਂਪਲ ਜਾਣਾ, ਜੱਲ੍ਹਿਆਂ ਵਾਲੇ ਬਾਗ ਜਾਣਾ, ਉਹ ਸਾਰੇ ਲੋਕਾਂ ਨੂੰ ਇਹਦੀ ਸੁੱਖ ਸਹੂਲਤ ਮਿਲ ਸਕਦੀ ਹੈ। ਉਸ ਤੋਂ ਵੀ ਉੱਪਰ ਆ ਜੋ ਅਸੀਂ ਖਾਂਦੇ ਹਾਂ, ਮਤਲਬ ਕਿਸਾਨ ਪੈਡੀ ਸੀਜ਼ਨ ਜਿਹੜਾ ਉਹ ਚੱਲ ਰਿਹਾ, ਕਣਕ ਦਾ ਸੀਜ਼ਨ ਹੈ, ਕਿੰਨਾ ਵਲ ਕੇ ਕਿੰਨੀ ਟ੍ਰੈਫਿਕ ਦੇ ਵਿੱਚੋਂ ਟਰੈਕਟਰ ਟਰਾਲੀਆਂ ਜਾ ਰਹੇ ਨੇ, ਔਰ ਕਿੰਨਾ ਜਿਹੜਾ ਤੇਲ ਵੀ ਵੇਸਟ ਹੁੰਦਾ ਔਰ ਟਾਈਮ ਵੀ ਜਾਇਆ ਹੁੰਦਾ, ਔਰ ਸ਼ਹਿਰ ਦੇ ਵਿੱਚ ਜਾਮ ਵੀ ਜਿਹੜਾ ਲੱਗਦਾ, ਉਹ ਸਾਰੀਆਂ ਚੀਜ਼ਾਂ ਦੀ ਸਹੂਲਤ ਇੱਥੇ ਜਿਹੜੀ ਮਿਲ ਸਕਦੀ ਇਸ ਪੁਲ ਦੇ ਚਾਲੂ ਹੋਣ ਨਾਲ। 24 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜਾ ਪੁਲ ਤਿਆਰ ਕੀਤਾ ਗਿਆ। ਔਰ ਅਗਲੇ ਪਾਸੇ ਲੋਹਗੜ੍ਹ ਪੁਲ ਪੈਂਦਾ, ਜਿਹਨੂੰ ਲੋਹਗੜ੍ਹ ਬ੍ਰਿਜ ਕਹਿੰਦੇ ਨੇ, ਉਹ ਬੰਦ ਹੈ, ਰੀਗੋ ਬ੍ਰਿਜ, ਉੱਥੋਂ ਹੈਵੀ ਟ੍ਰੈਫਿਕ ਨਹੀਂ ਲੰਘਦੀ, ਅਤੇ ਸਾਰਾ ਸ਼ਹਿਰ ਜਿਹੜਾ ਉਹ ਜਾਮ ਰਹਿੰਦਾ, ਟ੍ਰੈਫਿਕ ਦੀ ਸਮੱਸਿਆ ਜਿਹਦੇ ਵਿੱਚ ਰਹਿੰਦੀ ਹੈ, ਉੱਥੋਂ ਹੈਵੀ ਟ੍ਰੈਫਿਕ ਬੰਦ ਕਰ ਦਿੱਤੀ ਗਈ। ਇਹ ਪੁਲ ਜਿਹੜਾ ਚਾਲੂ ਹੋਣਾ ਚਾਹੀਦਾ ਸੀਗਾ, ਸਿਰਫ ਪੂਰੇ ਦਾ ਪੂਰਾ ਪੁਲ ਤਿਆਰ ਹੈ। ਸਵੇਰੇ ਮੈਂ ਅਧਿਕਾਰੀਆਂ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਉਦਘਾਟਨ ਦੀ ਵੇਟ ਕਰ ਰਿਹਾ, ਸਿਰਫ ਪੁਲ ਕੇ ਉਦਘਾਟਨ ਦਾ ਟਾਈਮ ਜਿਹੜਾ CM ਸਾਹਿਬ ਕੋਲੋਂ ਮੰਗਿਆ ਜਾ ਰਿਹਾ, ਉਹ ਟਾਈਮ ਦੇ ਦੇਣ, ਅਤੇ ਅੱਧੇ ਘੰਟੇ ਦੇ ਵਿੱਚ ਇਹ ਰਸਤਾ ਜਿਹੜਾ ਖੋਲ੍ਹ ਦਿੱਤਾ ਜਾਊਗਾ। ਹੁਣ ਇਹ ਰੋਕਿਆ ਕਿਉਂ ਗਿਆ, ਜਿਹੜੀ ਚੀਜ਼ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ, ਇਹ ਕ੍ਰੈਡਿਟ ਵਾਰ ਹੈ। ਇਹਦੇ ਵਿੱਚ BJP ਵਾਲੇ ਆਉਂਦੇ ਨੇ, ਉਹ ਕਹਿੰਦੇ ਨੇ ਜੀ ਇਹ ਰੇਲਵੇ ਦੇ ਉੱਤੋਂ ਦੀ ਪੁਲ ਜਿਹੜਾ ਬਣਾਇਆ ਗਾ, ਉਹਦੀ ਸੈਂਕਸ਼ਨ ਜਿਹੜੀ ਅਸੀਂ ਕਰਾਈ ਹੈ। ਕਾਂਗਰਸ ਵਾਲੇ ਆਉਂਦੇ ਨੇ, ਉਹ ਕਹਿੰਦੇ ਜੀ ਇਹ ਪੁਲ ਸਾਡੇ ਵੇਲੇ ਦੀ ਰੂਪਰੇਖਾ ਤਿਆਰ ਕੀਤੀ ਗਈ, ਬਹੁਤੀ ਜਿਹੜੀ ਕੰਸਟਰਕਸ਼ਨ ਹੈ ਇਹਦੀ 90% ਉਹ ਸਾਡੇ ਵੇਲੇ ਕੀਤੀ ਗਈ, ਇਹ ਪੁਲ ਅਸੀਂ ਤਿਆਰ ਕੀਤਾ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ ਇੱਥੋਂ ਇੱਥੇ CM ਸਾਹਿਬ ਆਉਣਗੇ, ਉਹ ਉਦਘਾਟਨ ਕਰਨਗੇ, ਉਹਨਾਂ ਨੂੰ ਕ੍ਰੈਡਿਟ ਮਿਲਣਾ ਚਾਹੀਦਾ। ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਤੁਸੀਂ ਤਿੰਨੇ ਹੀ ਕ੍ਰੈਡਿਟ ਲਓ ਯਾਰ, ਤੁਹਾਡਾ ਤਿੰਨਾਂ ਪਾਰਟੀਆਂ ਦਾ ਬਹੁਤ ਬਹੁਤ ਧੰਨਵਾਦ। ਇਹ ਕੋਈ ਤੁਹਾਡੇ ਪੈਸੇ ਨਾਲ ਪੁਲ ਨਹੀਂ ਬਣਿਆ, ਤੁਸੀਂ ਕੋਈ ਆਪਣੀਆਂ ਜੇਬਾਂ ਦੇ ਵਿੱਚੋਂ ਪੈਸੇ ਥੋੜ੍ਹੀ ਖਰਚ ਕੀਤੇ ਨੇ, ਤੁਸੀਂ ਕਮ ਸੇ ਕਮ ਕ੍ਰੈਡਿਟ ਲਓ, ਪਰ ਸਾਨੂੰ ਜਨਤਾ ਨੂੰ ਇਹ ਅਹਿਸਾਸ ਨਾ ਕਰਾਓ ਕਿ ਇਹ ਪੁਲ ਤੁਸੀਂ ਕੋਲੋਂ ਬਣਾਇਆ। ਤੁਸੀਂ ਆਓ ਤਾਂ ਸਹੀ, ਤਿੰਨੇ ਪਾਰਟੀਆਂ ਵਾਲੇ ਇੱਥੇ ਆ ਕੇ ਇਹਦਾ ਉਦਘਾਟਨ ਜਿਹੜਾ ਕਰ ਦਿਓ, ਸਿਰਫ CM ਸਾਹਿਬ ਦੀ ਵੇਟ ਕਰਕੇ ਜਿਹੜਾ ਇਹ ਪੁਲ ਚਾਲੂ ਨਹੀਂ ਕੀਤਾ ਜਾ ਰਿਹਾ। ਔਰ ਅੱਜ ਇੱਥੇ ਸਾਰੀ ਪ੍ਰੈਸ ਸੀਗੀ, ਮੈਂ CM ਸਾਹਿਬ ਨੂੰ ਫੋਨ ਕੀਤਾ ਇੱਥੇ ਉਹਨਾਂ ਸਾਰਿਆਂ ਦੇ ਸਾਹਮਣੇ, ਉਹਨਾਂ ਦੇ OSD ਨੇ ਸਰ ਰਾਜਵੀਰ ਸਿੰਘ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਮੈਂ CM ਸਾਹਿਬ ਦੀ ਉਹਨਾਂ ਦੀ ਇਮਾਨਦਾਰੀ ਕਰਕੇ ਇੱਜ਼ਤ ਕਰਦਾ ਕਿ ਸਾਲ ਡੇਢ ਸਾਲ ਦੇ ਵਿੱਚ ਉਹਦੇ ਉੱਤੇ ਕੋਈ ਕਰਪਸ਼ਨ ਦਾ ਦੋਸ਼ ਨਹੀਂ ਤਾਂ ਬਹੁਤੇ ਪੋਲੀਟੀਸ਼ੀਅਨ ਨੂੰ ਮੈਂ ਫੋਨ ਕਰਦਾ ਨਹੀਂ ਇਸ ਲਹਿਜੇ ਦੇ ਨਾਲ। ਮੇਰੀ ਤੁਹਾਨੂੰ ਰਿਕੁਐਸਟ ਹੈ
ਕਿ ਆ ਜਲੰਧਰ ਦੇ ਵਿੱਚ ਤੁਸੀਂ 70-80 ਕਿਲੋਮੀਟਰ ਦੇ ਉੱਤੇ ਇਲੈਕਸ਼ਨ ਲੜ ਰਹੇ ਹੋ, ਸਿਰਫ 10 ਮਿੰਟ ਲੱਗਣੇ ਨੇ ਤੁਹਾਨੂੰ ਇੱਥੇ ਆਉਂਦਿਆਂ, ਤੁਹਾਨੂੰ ਪੰਜਾਬ ਦੀ ਜਨਤਾ ਨੇ ਹੈਲੀਕਾਪਟਰ ਲੈ ਕੇ ਦਿੱਤਾ, ਉਹ ਸਾਡੇ ਲੋਕਾਂ ਦੇ ਪੈਸੇ ਦੇ ਨਾਲ ਹੈ, ਪਰ ਲੋਕਾਂ ਦੇ ਕੰਮ ਵੀ ਉਹਦੇ ਨਾਲ ਨਾਲ ਹੋਣੇ ਚਾਹੀਦੇ ਨੇ। ਇੱਥੇ ਲਿਆ ਕੇ ਯੂਨੀਵਰਸਿਟੀ ਬਾਹਰ ਹੈ, ਉੱਥੇ ਆਪਣਾ ਹੈਲੀਕਾਪਟਰ ਜਿਹੜਾ ਤੁਸੀਂ ਲਾ ਲਓ, 10 ਮਿੰਟਾਂ ਦੇ ਨਾਲ ਸਾਰਾ ਸ਼ਹਿਰ ਜਿਹੜਾ ਸੌਖਾ ਹੋ ਜਾਣਾ, ਸਾਰੇ ਸ਼ਹਿਰ ਨੂੰ ਜਿਹੜੀ ਸਹੂਲਤ ਮਿਲ ਜਾਣੀ ਹੈ। ਔਰ ਉਹਨਾਂ ਨੇ ਮੈਨੂੰ ਸ਼ੋਰ ਕੀਤਾ ਕਿ ਬਿਲਕੁਲ 1-2 ਦਿਨਾਂ ਦੇ ਵਿੱਚ ਇਹਨੂੰ ਜਿਹੜਾ ਚਾਲੂ ਕੀਤਾ ਜਾਊਗਾ। ਫਿਰ ਮੈਂ ਉਹਨਾਂ ਨੂੰ ਇਹ ਵੀ ਕਿਹਾ, ਨਹੀਂ ਕਰੋਗੇ ਤਾਂ ਇੱਥੇ ਜਨਤਾ ਨੂੰ ਕਹਿ ਦਿੱਤਾ ਜਾਊਗਾ ਕਿ ਪੁਲ ਆਪਣੇ ਆਪ ਹੀ ਚਾਲੂ ਕਰ ਲਿਆ ਜਾਵੇ। ਕਿੱਡੀ ਕੁ ਵੱਡੀ ਰੋਕ ਹੈ, ਫਿਰ ਜਨਤਾ ਦੇ ਉੱਤੇ ਤੁਸੀਂ ਪਰਚੇ ਦਿੰਦੇ ਫਿਰੋਗੇ। ਸਾਡਾ ਕੰਮ ਕ੍ਰੈਡਿਟ ਲੈਣਾ ਨਹੀਂ, ਮੈਂ ਮਤਲਬ ਰਿਕੁਐਸਟ ਕੀਤੀ ਹੈ ਸੀਐਮ ਨੂੰ ਕਿ ਇੱਥੇ ਆਓ। ਔਰ ਦੂਜੀ ਚੀਜ਼ ਜਿਹੜੀ ਮੇਰੇ ਇੱਥੇ ਸਾਹਮਣੇ ਆਈ ਹੈ ਕਿ ਸੀਐਮ ਸਾਹਿਬ ਦਾ ਇੱਥੇ ਆਉਣਾ ਜ਼ਰੂਰੀ ਕਿਉਂ ਹੋ ਗਿਆ ਹੁਣ, ਕਿ ਤੁਸੀਂ ਦੇਖੋ ਇਹ ਪੁਲ ਦੀ ਲੈਂਥ, ਔਰ ਸਾਹਮਣੇ ਪਾਸੇ ਪੁਲ ਹੈ, ਇੱਥੋਂ ਪੁਲ ਉੱਤਰਦਾ 100 ਫੁੱਟ ਥੱਲੇ ਜਾਓ ਅਤੇ ਫਿਰ ਚੜ੍ਹ ਜਾਓ, ਜਿੱਦਾਂ ਦਰਿਆਵਾਂ 'ਚ ਚੋਹ ਹੁੰਦੇ ਨੇ ਥੱਲਿਓਂ ਦੀ ਜਾਂਦੇ ਹੋ ਅਤੇ ਉੱਤੇ ਚੜ੍ਹ ਜਾਂਦੇ ਹੋ। ਇਹ ਪੁਲ ਉਸ ਪੁਲ ਦੇ ਨਾਲ ਵੀ ਮਿਲ ਸਕਦਾ ਸੀਗਾ। ਕਿਹੜੇ ਬੇਵਕੂਫਾਂ ਨੇ ਇਹਦੀ ਡਰਾਇੰਗ ਬਣਾਈ ਹੈ, ਕਿਹੜੇ ਆਰਕੀਟੈਕਟ ਦੇ ਉੱਤੇ ਕੀਤੇ ਗਏ, ਕਾਰਨ ਕੀ, ਜੋ ਲੋਕਾਂ ਨੇ ਮੈਨੂੰ ਦੱਸਿਆ, ਜਨਤਾ ਤੁਹਾਡੇ ਸਾਹਮਣੇ, ਇਹਨਾਂ ਦੀ ਸਾਰੇ ਪ੍ਰੈਸ ਵਾਲਿਆਂ ਨੇ ਬਾਈਟ ਕੀਤੀ ਹੈ ਕਿ ਵੱਡੇ ਵਪਾਰੀਆਂ ਦੇ ਘਰਾਣੇ ਨੇ ਇੱਥੇ ਕਾਰੋਬਾਰ ਚੱਲਦੇ ਨੇ, ਉਹਨਾਂ ਦੀਆਂ ਦੁਕਾਨਾਂ 'ਤੇ ਕੁਝ ਜਿਹੜੇ ਕਾਰੋਬਾਰੀ ਅਦਾਰੇ ਚੱਲ ਰਹੇ ਨੇ, ਉਹ ਰਿਸ਼ਤੇਦਾਰ ਨੇ MLA ਮੰਤਰੀਆਂ ਦੇ, ਪੁਲ ਦੀ ਲੈਂਥ ਹੀ ਘਟਾ ਦਿੱਤੀ ਗਈ। ਮੈਂ ਚੈਲੰਜ ਕੀਤਾ ਅਤੇ ਮੈਂ ਚੈਲੰਜ ਕਰਦਾ ਇਹਦੇ ਰਾਹੀਂ ਕਿ ਜੇ ਪੁਲ ਦੀ ਡਰਾਇੰਗ ਇੱਥੋਂ ਨਾ ਘਟਾਈ ਹੋਵੇ, ਇਹਦੀ ਲੈਂਥ ਨਾ ਘਟਾਈ ਹੋਵੇ, ਇਸੇ ਪੁਲ 'ਤੇ ਖਲੋ ਕੇ ਮੈਂ ਉਹਨਾਂ ਪੋਲੀਟੀਸ਼ੀਅਨ ਕੋਲੋਂ ਮਾਫ਼ੀ ਮੰਗੂਗਾ। ਇਹਦੀ ਜਾਂਚ ਕਰਨੀ CM ਦਾ ਜਿਹੜਾ ਫਰਜ਼ ਬਣਦਾ, ਖੁਦ ਇੱਥੇ ਆ ਕੇ ਇਨਵੈਸਟੀਗੇਸ਼ਨ ਕਰਨ ਔਰ ਇਹਦੀ ਜਾਂਚ ਜਿਹੜੀ ਵਿਜੀਲੈਂਸ ਨੂੰ ਦੇ ਕੇ ਜਾਣ ਕਿ ਆਮ ਲੋਕਾਂ ਦੇ ਹਿੱਤਾਂ ਨੂੰ ਦਰਕਿਨਾਰ ਕਰਕੇ ਕਿਵੇਂ ਆਪਣੇ ਰਿਸ਼ਤੇਦਾਰਾਂ ਅਤੇ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਇਹਦੀ ਲੈਂਥ ਘਟਾ ਦਿੱਤੀ ਗਈ। ਪ੍ਰਾਈਵੇਟ ਜਿਹੜੇ ਪੋਲੀਟੀਸ਼ੀਅਨ ਅਤੇ ਪ੍ਰਾਈਵੇਟ ਅਦਾਰੇ ਨੇ, ਇਹ ਮਾਫੀਆ ਬਣ ਕੇ ਕਿਵੇਂ ਕੰਮ ਕਰਦੇ ਰਹੇ ਨੇ, ਇਹ ਸਾਰਾ ਕੁਝ ਜਾਂਚ ਦਾ ਵਿਸ਼ਾ। ਇਸ ਕਰਕੇ ਸਰ ਭਗਵੰਤ ਸਿੰਘ ਮਾਨ ਨੂੰ ਇੱਥੇ ਆਉਣਾ ਚਾਹੀਦਾ ਔਰ ਇੱਥੇ ਆ ਕੇ ਦਾ ਉਦਘਾਟਨ ਵੀ ਕਰਕੇ ਜਾਣ ਔਰ ਇਹਦੀ ਵਿਜੀਲੈਂਸ ਜਾਂਚ ਵੀ ਬਿਠਾ ਕੇ ਜਾਣ। ਉਹਦੇ ਬਾਰੇ ਮੈਂ ਉਹਨਾਂ ਨੂੰ ਫੋਨ ਦੇ ਉੱਤੇ ਬੇਨਤੀ ਕੀਤੀ ਹੈ ਔਰ ਮੈਂ ਆਸ ਕਰਦਾ ਕਿ ਇੱਕ ਜੈਨੂਅਨ ਜੀ ਬੇਨਤੀ ਸੀਗੀ ਜਿਹੜੀ ਉਹਨਾਂ ਨੂੰ ਮੈਂ ਕੀਤੀ ਹੈ। ਬਾਰ ਬਾਰ ਇੱਥੇ ਲੋਕ ਆ ਰਹੇ ਆ, ਪੋਲੀਟੀਸ਼ੀਅਨ ਆ ਕੇ ਆਸ਼ਵਾਸਨ ਦੇ ਰਹੇ ਆ, ਚੇਅਰਮੈਨ ਵੀ ਆਉਂਦੇ ਆ ਕਿ 2 ਦਿਨਾਂ ਦੇ ਵਿੱਚ ਇਸ ਮਹੀਨੇ ਦੇ ਐਂਡ ਤੱਕ ਪੁਲ ਜਿਹੜਾ ਚਾਲੂ ਕਰ ਦਿੱਤਾ ਜਾਊਗਾ। ਇਸ ਮਹੀਨੇ ਦੇ ਐਂਡ ਦੇ ਵਿੱਚ ਹੁਣ ਗੋਡੇ ਰਹਿ ਗਏ, ਅੱਜ 29 ਤਰੀਕ ਹੈ ਯਾਰ, ਕੱਲ੍ਹ 30 ਅਤੇ 31 ਹੈ। ਸੋ ਮੇਰੀ ਬੇਨਤੀ ਹੈ CM ਸਾਹਿਬ ਨੂੰ ਕਿ ਜਾਂ ਤਾਂ DC ਸਾਹਿਬ ਨੂੰ ਆਪਦੇ ਚੇਅਰਮੈਨ ਨੂੰ ਡਾਇਰੈਕਸ਼ਨ ਦੇਣ, ਇਹਦਾ ਵਰਚੁਅਲੀ ਕੋਈ ਵੀਡੀਓ ਕਾਨਫਰੰਸਿੰਗ ਲਈ ਉਦਘਾਟਨ ਕਰ ਲੈਣ, ਇੱਥੇ ਲੋਕ ਇਕੱਠੇ ਹੋ ਜਾਣਗੇ ਉਹਨਾਂ ਨੂੰ ਸੁਣ ਲਈ, ਜਾਂ 15 ਮਿੰਟ ਦਾ ਰਸਤਾ ਉਹਨਾਂ ਕੋਲ, ਇੱਥੇ ਆ ਕੇ ਇਸ ਪੁਲ ਨੂੰ ਚਾਲੂ ਕਰਾਇਆ ਜਾਵੇ ਔਰ ਸ਼ਹਿਰ ਦੇ ਲੋਕਾਂ ਨੂੰ ਮਤਲਬ ਨਜਾਤ ਦਿੱਤੀ ਜਾਵੇ ਇਸ ਟ੍ਰੈਫਿਕ ਦੇ ਉੱਤੋਂ ਔਰ ਲੋਕਾਂ ਨੂੰ ਜਿਹੜੀ ਸੁੱਖ ਸਹੂਲਤ ਬਣਦੀ ਦਿੱਤੀ ਜਾਵੇ। ਇੱਕ ਚੀਜ਼ ਮੈਂ ਉਹਨਾਂ ਦੇ ਧਿਆਨ 'ਚ ਹੋਰ ਲਿਆਉਣਾ ਚਾਹੁੰਦਾ ਇਸ ਵੀਡੀਓ ਦੇ ਰਾਹੀਂ ਕਿ ਪਿੱਛੇ ਜੇ 3 ਬੱਚੇ ਜਿਹੜੇ ਉਹ ਸੜ ਕੇ ਇੱਥੇ ਮਰ ਗਏ ਸੀਗੇ, 3 ਪਰਿਵਾਰ ਦੇ ਜੀ, ਉੱਥੇ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਸੀ ਪਹੁੰਚ ਸਕੀ ਇਸ ਪੁਲ ਦੇ ਕਰਕੇ, ਥੱਲੇ ਰਸਤੇ ਜਿਹੜੇ ਟਾਈਟ ਕਰ ਦਿੱਤੇ ਗਏ। ਇਹ ਸਾਰਾ ਇਨਵੈਸਟੀਗੇਸ਼ਨ ਦਾ ਵਿਸ਼ਾ, ਜੋ 3 ਬੰਦੇ ਮਰ ਗਏ ਨੇ ਅਤੇ ਕਮ ਸੇ ਕਮ ਅੱਗੋਂ ਮਰਨ ਵਾਲੇ ਤਾਂ ਅਸੀਂ ਬਚਾ ਲਈਏ ਨਾ। ਸੋ ਇਸ ਕਰਕੇ ਮੇਰਾ ਇੱਥੇ ਅੱਜ ਆਉਣ ਦਾ ਮਕਸਦ ਸੀਗਾ ਔਰ ਮੈਂ ਸਰਕਾਰ ਨੂੰ ਬੇਨਤੀ ਵੀ ਕੀਤੀ ਹੈ ਔਰ ਇਹ ਚੇਤਾਵਨੀ ਵੀ ਹੈ ਕਿ ਜੇ ਨਹੀਂ ਖੋਲ੍ਹਣਗੇ ਤਾਂ ਹਫ਼ਤੇ ਤੱਕ ਇੱਥੇ ਆਪ ਹੀ ਜਨਤਾ ਨੇ ਪੁਲ ਖੋਲ੍ਹ ਲੈਣਾ, ਫਿਰ ਤੁਸੀਂ ਜਿਹੜੀ ਕਾਰਵਾਈ ਕਰਨੀ ਕਰ ਦਿਓ।